ਬਹੁਤ ਜ਼ਿਆਦਾ ਖੁਸ਼ੀ, ਦੱਸ ਨਹੀਂ ਸਕਦੇ ਕਿੰਨੀ ਖੁਸ਼ੀ ਸਰ। ਕਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ? ਬਹੁਤ ਜ਼ਿਆਦਾ ਅਰਦਾਸਾਂ। ਗੁਰਜੰਟ ਨੂੰ ਜਿਹੜਾ ਵਾ ਹਾਕੀ ਵੱਲ ਕਿੰਨੇ ਪ੍ਰੇਰਿਤ ਕੀਤਾ? ਉਹਦੇ ਮਾਮਾ ਜੀ ਨੇ। ਅੱਛਾ, ਹਾਂਜੀ। ਅਤੇ ਅੱਜ ਕਿੰਨੀ ਕੁ ਖੁਸ਼ੀ ਮਨਾਈ ਜਾ ਰਹੀ ਆ? ਅੱਜ ਬਹੁਤ ਖੁਸ਼ੀ ਹੋ ਜਾਂਦੀ, ਸਾਰੇ ਭੈਣ ਭਰਾ ਫੋਨ ਕਰੀ ਜਾਂਦੇ। ਹਾਂਜੀ। ਅਤੇ ਆਪਣਾ ਪਰਿਵਾਰ ਵੀ ਸਾਰਾ ਇਕੱਠਾ ਹੋਇਆ। ਹਾਂ, ਬਹੁਤ ਜ਼ਿਆਦਾ ਖੁਸ਼ੀ। ਅਤੇ ਹੁਣ ਕਿਹੜਾ ਮੈਡਲ ਲੈ ਕੇ ਆਉਣਾ ਫਿਰ? ਗੋਲਡ ਮੈਡਲ ਦੀ ਆਸ ਆ ਸਾਨੂੰ, ਅਸੀਂ ਤਾਂ ਹੋਰ ਆਸ ਕਰਦੇ ਗੋਲਡ ਮੈਡਲ ਲੈ ਕੇ ਆਉਣਾ। ਕੀ ਦੇਸ਼ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਜੀ? ਅਸੀਂ ਦੇਸ਼ ਵਾਸੀਆਂ ਨੂੰ ਇਹੋ ਆਉਂਦੇ ਹਾਂ ਵੀ ਤੁਸੀਂ ਵੀ ਆਪਣੇ ਬੱਚੇ ਇਸ ਪਾਸੇ ਤੋਰੋ ਅਤੇ ਨਸ਼ਿਆਂ ਤੋਂ ਮੁਕਤ ਹੋਣ, ਨਸ਼ਿਆਂ ਨੂੰ ਛੱਡ ਕੇ ਇਸ ਪਾਸੇ ਬੱਚਿਆਂ ਨੂੰ ਲਾਓ ਖੇਡਾਂ ਵਾਲੇ ਪਾਸੇ, ਅਤੇ ਜਿਸ ਤਰ੍ਹਾਂ ਇਹ ਇੱਥੋਂ ਤੱਕ ਪਹੁੰਚੇ ਆ ਤੁਹਾਡੇ ਬੱਚੇ ਵੀ ਇੱਥੋਂ ਤੱਕ ਪਹੁੰਚੇ। ਮੇਰਾ ਪੋਤਰਾ ਜਿੱਤਿਆ ਬੜਾ ਫਾਈਨਲ, ਮੈਂ ਕਹਿੰਦੀ ਹਾਂ ਮੁੜ ਕੇ ਮੈਡਲ ਲੈ ਕੇ ਆਵਾਂ। ਕਿੰਨਾ ਕੁ ਪਿਆਰ ਕਰਦਾ ਤੁਹਾਨੂੰ ਗੁਰਜੰਟ? ਬਹੁਤ ਪਿਆਰ ਜੀ, ਬਹੁਤ ਪਿਆਰ ਕਰਦਾ ਮੇਰੇ ਨਾਲ। ਕਿਸ ਤਰ੍ਹਾਂ ਦਾ ਸੁਭਾਅ? ਬਹੁਤ ਠੰਡਾ ਸੁਭਾਅ, ਬਹੁਤ ਠੰਡਾ ਸੁਭਾਅ। ਜਦੋਂ ਪਿੰਡ ਆਉਂਦਾ ਸਭ ਤੋਂ ਪਹਿਲਾਂ ਕਿਹਨੂੰ ਮਿਲਦਾ? ਦਾਦੀ ਬਾਬੇ ਨੂੰ। ਅੱਜ ਫਿਰ ਦਾਦੀ ਦਾਦੀ ਪੂਰੀ ਬਹੁਤ ਜੀ, ਅੱਜ ਖੁਸ਼ੀ ਕਿਤੇ ਉੱਡਦੇ ਫਿਰਦੇ ਆ। ਕੀ ਆਸ ਕਰਦੇ ਜੀ? ਅਸੀਂ ਆਸ ਕਰਦੇ ਵੀ ਮਹਾਰਾਜ ਇਹਦੂ ਨੂੰ ਚੜ੍ਹਦੀਆਂ ਗੱਲਾਂ 'ਚ ਰੱਖੇਗਾ, ਫਿਰ ਜਿੱਤ ਕੇ ਆਉਣ ਬੜੀ ਖੁਸ਼ੀ ਨਾਲ। ਠੀਕ, ਚਲੋ। ਮੈਚ ਬੜਾ ਟਫ ਸੀਗਾ, ਇੱਕ ਪਲੇਅਰ ਨੂੰ ਇਹਨਾਂ ਦਾ ਰਿਕਾਰਡ ਵੀ ਹੋਗਾ, ਪਰ ਫਿਰ ਵੀ 10 ਪਲੇਅਰਾਂ ਦੇ ਨਾਲ ਸਾਡੀ ਟੀਮ ਖੇਡੀ ਹੈਗੀ। ਭਾਰਤੀ ਹਾਕੀ ਟੀਮ ਬੜੇ ਚੰਗੇ ਮੁਕਾਮ 'ਤੇ ਪਹੁੰਚ ਗਈ ਹੈਗੀ, ਮਤਲਬ ਬਹੁਤ ਸੋਹਣਾ ਖੇਡੀ ਸਾਰੇ। ਜੇਕਰ ਆਪਾਂ ਸਕੂਲ 'ਚ ਪੜ੍ਹਦਾ ਸੀਗਾ ਅਤੇ ਗਰਮੀਆਂ ਦੀਆਂ ਛੁੱਟੀਆਂ ਸੀ, ਆਪਣੇ ਨਾਨਕੇ ਪਿੰਡ ਗਿਆ ਸੀਗਾ, ਅਤੇ ਇਹਦੇ ਮਾਮਾ ਜੀ, ਮਾਮਾ ਹਰਦੇਵ ਸਿੰਘ ਜੀ, ਉਹ ਹੋਕੀ ਖੇਡਦੇ ਸੀ, ਉਹਨਾਂ ਦੇ ਨਾਲ ਬਸ 2-4 ਦਿਨ ਇਹ ਗਰਾਊਂਡ 'ਚ ਗਿਆ ਹੈਗਾ, ਉੱਥੋਂ ਹੀ ਇਹਦਾ ਮਨ ਬਣ ਗਿਆ, ਬਸ ਉੱਥੋਂ ਇਹਨੇ ਜਿੱਦ ਫੜ ਲਈ ਹੈ ਵੀ ਮੈਂ ਹੋਕੀ ਖੇਡਣੀ ਹੈਗੀ, ਮੈਂ ਗੇਮ ਵਾਲੇ ਸਕੂਲੇ ਪੈਣਾ। ਚਲੋ ਅਸੀਂ ਵੀ ਇਹਦੀ ਸੋਚ ਨੂੰ ਸਮਝਿਆ ਅਤੇ ਚਲੋ ਇਹਨੂੰ ਅਸੀਂ ਗੇਮ ਵਾਲੇ ਸਕੂਲੇ ਪਾਤਾ। ਹੁਸ਼ਿਆਰਬਾਦ ਅਕੈਡਮੀ ਸੀਗੀ, ਉੱਥੋਂ ਮੁੜ ਕੇ ਬਾਅਦ ਚੰਡੀਗੜ੍ਹ ਚਲ ਗਿਆ, ਚੰਡੀਗੜ੍ਹ ਤੋਂ ਜੂਨੀਅਰ ਟੀਮ ਚੱਲਿਆ। ਜੂਨੀਅਰ ਟੀਮ ਦੇ ਵਿੱਚ ਚਲੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਵੀ ਇਹਦੀ ਸਿਲੈਕਸ਼ਨ ਹੋਈ ਜੂਨੀਅਰ ਟੀਮ ਤੋਂ ਬਾਅਦ 'ਚ ਇਹਨਾਂ ਨੇ 2016 'ਚ ਵਰਲਡ ਕੱਪ ਖੇਡਿਆ, ਉਸ ਤੋਂ ਬਾਅਦ ਚਾਰ ਮੈਡਲ ਨਾਲ ਲੈ ਕੇ ਆਏ ਹੈਗੇ, ਚੈਂਪੀਅਨ ਟਰਾਫੀ, ਗੋਲਡ ਮੈਡਲ, ਆਪਣਾ ਏਸ਼ੀਆ ਗੇਮਾਂ ਜਿੱਥੋਂ ਆਪਣੀ ਹਾਕੀ ਜਿਹੜੀ ਹੈਗੀ ਓਲੰਪਿਕ 'ਚ ਸਿਲੈਕਸ਼ਨ ਜਦੋਂ ਹੋਈ ਹੈਗੀ। ਅਤੇ ਚਲੋ ਹੁਣ ਫਿਰ ਓਲੰਪਿਕ ਦੀ ਸਿਲੈਕਸ਼ਨ ਹੋ ਗਈ, ਚਲੋ ਬੜਾ ਵਧੀਆ। ਹੁਣ 4-5 ਮੈਚ ਹੋਏ ਹੈਗੇ, 5 ਮੈਚਾਂ ਦੇ ਵਿੱਚੋਂ 4 ਮੈਚ ਜਿੱਤੇ ਹੈਗੇ, 1 ਡਰਾਅ ਹੋਇਆ, ਚਲੋ 1 ਹਾਰੇ ਹੈਗੇ। ਅੱਜ ਵੀ ਇਹਨਾਂ ਦਾ ਮਤਲਬ ਵੀ ਗ੍ਰੇਟ ਬ੍ਰਿਟਨ ਦੇ ਨਾਲ ਮੈਚ ਸੀਗਾ, ਚਲੋ ਬਹੁਤ ਸੋਹਣਾ ਖੇਡੇ ਹੈਗੇ। ਚਲੋ ਸਾਡੀ ਹਾਕੀ ਸੈਮੀ ਫਾਈਨਲ 'ਚ ਪਹੁੰਚ ਗਈ ਹੈਗੀ, ਅਸੀਂ ਕਹਿੰਦੇ ਹਾਂ ਵੀ ਚਲੋ ਪਰਮਾਤਮਾ ਕਿਰਪਾ ਕਰੇ, ਐਰਕੀ ਸਾਡੇ ਜਿਹੜਾ ਮੈਡਲ ਪਿਛਲੇ ਸਾਲ ਬ੍ਰੋਂਜ਼ ਮੈਡਲ ਸੀਗਾ, ਐਰਕੀ ਗੋਲਡ 'ਚ ਬਦਲੇ, ਉਹਦਾ ਰੰਗ ਚੇਂਜ ਹੋਵੇ। ਅਸੀਂ ਪਰਮਾਤਮਾ ਕਰੀ ਹਰ ਟਾਈਮ ਸਾਰਾ ਪਰਿਵਾਰ ਸਾਰਾ ਦੇਸ਼ ਸਾਡਾ ਜਿਹੜਾ ਕਿ ਨਹੀਂ ਇਹ ਇਹਨਾਂ ਦੀਆਂ ਅਰਦਾਸਾਂ ਕਰਨ ਡਿਆ। ਅੱਜ ਅਸੀਂ ਸਾਡੀ ਬਸ ਸਵੇਰ ਦਾ ਵੀ ਇਹੋ ਹੀ ਆ ਵੀ ਅਸੀਂ ਪਰਮਾਤਮਾ ਗੜੀ ਅਰਦਾਸ ਕਰਨੇ ਵੀ ਮਹਾਰਾਜ ਇਹਨਾਂ ਨੂੰ ਗੋਲਡ ਮੈਡਲ।